ਪੰਜਾਬ ਭਾਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਫਾਈ ਕਰਮਚਾਰੀ ਹੜਤਾਲ ਤੇ ਬੈਠੇ ਹੋਏ ਹਨ ਦੂਜੇ ਪਾਸੇ ਕੈਪਟਨ ਸਰਕਾਰ ਆਪਣੇ ਮਸਲੇ ਸਲਝਾਉਣ ਚ ਉਲਝੀ ਹੋਈ ਹੈ ਪਰ ਕੈਪਟਨ ਸਰਕਾਰ ਨੇ ਉਹਨਾਂ ਦੇ ਮੰਤਰੀ ਅਜੇ ਤੱਕ ਪ੍ਰਦੇਸ਼ ਚ ਹੜਤਾਲ ਤੇ ਬੈਠੇ ਕਰਮਚਾਰੀਆਂ ਦੀ ਕੋਈ ਸਾਰ ਨਹੀਂ ਲਈ ਪੰਜਾਬ ਚ ਸਫਾਈ ਵਿਵਸਥਾ ਠੱਪ ਹੋ ਕੇ ਰਹਿ ਗਈ ਹੈ ਤੇ ਜਗਾ ਜਗਾ ਗੰਦਗੀ ਦੇ ਢੇਰ ਪਏ ਹੋਏ ਹਨ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਇਹ ਜਿਹੜੀ ਸਰਕਾਰ ਬਣੀ ਹੈ ਕੈਪਟਨ ਸਰਕਾਰ ਇਹਨਾਂ ਨੇ ਆਪਣਾ ਚੋਣ ਮੈਨੀਫੈਸਟੋ ਜਿਹੜਾ ਬਣਾਇਆ ਉਹਦੇ ਵਿੱਚ ਜੋ ਇਹਨਾਂ ਨੇ ਵਾਅਦੇ ਕੀਤੇ ਇਹ ਟੋਟਲ ਝੂਠੀ ਧੋਖੇਬਾਜ਼ ਸਰਕਾਰ ਬਣੀ ਹੈ ਮੈਂ ਸਮਝਦਾ ਜੇ ਕੈਪਟਨ ਅਮਿੰਦਰ ਸਿੰਘ ਨੇ ਜਿਹੜਾ ਚੋਣ ਮੈਨੀਫੈਸਟੋ ਬਣਾ ਕੇ ਸਰਕਾਰ ਜਿਹੜੀ ਹੈ ਬਣਾਈ ਆ ਉਹਦੇ ਵਿੱਚ ਸਾਡੇ ਲੋਕਲ ਐਮਐਲਏ ਰਾਣਾ ਗੁਰਜੀਤ ਸਿੰਘ ਨੇ ਵੀ ਉਸੇ ਚੋਣ ਮੈਨੀਫੈਸਟੋ ਤੇ ਇਲੈਕਸ਼ਨ ਲੜੀ ਆ ਕਪੂਰਥਲੇ ਨੂੰ ਪੈरिस ਬਣਾਉਣ ਦੇ ਸੁਪਨੇ ਤੇ 2002 ਤੋਂ ਦਿਖਾਉਂਦੇ ਆਏ ਸਾਨੂੰ ਨਹੀਂ ਬਣਾ ਸਕੇ ਜੇ ਮੈਂ ਇਹ ਗੱਲ ਕਰਦਾ ਜੇ ਇਹਨਾਂ ਨੇ ਸਰਕਾਰ ਨੇ ਜੇ ਮੰਗਾ ਉਹਨਾਂ ਦੀਆਂ ਨਹੀਂ ਮੰਨੀਆਂ ਕਮਸ ਕਮ ਰਾਣਾ ਗੁਰਜੀਤ ਸਿੰਘ ਨੂੰ ਇਹ ਚਾਹੀਦਾ ਸੀ ਇਹਨਾਂ ਕੋ ਇੰਨਾ ਲਾਓ ਲਸ਼ਕਰ ਆ ਇਹਨਾਂ ਦੀਆਂ ਇਨੀਆਂ ਮਿਲਾਂ ਜਿੱਦਾਂ ਇਹ ਕਰੋਨਾ ਦੇ ਵਿੱਚ ਇਹਨਾਂ ਨੇ ਬਹੁਤ ਸ਼ੋਅ ਕੀਤਾ ਪਿੱਛੇ ਜਿਹੜਾ 2020 ਦੇ ਵਿੱਚ ਕਰੋਨਾ ਕਾਲ ਦੇ ਵਿੱਚ ਇਹਨਾਂ ਨੇ ਆਪਣੇ ਟੈਂਕਰ ਲੈਂਦੇ ਜੀ ਇਹ ਸ਼ੰਕਾਹ ਕਰਾਇਆ ਜੋ ਕਿ ਅਸੀਂ ਸਭ ਜਾਣਦੇ ਆ ਕਿੰਨਾ ਕੋ ਛੰਕਾਹ ਸੀ ਤੇ ਉਹਦੇ ਆੜ ਵਿੱਚ ਕੰਮ ਕੀ ਕੀ ਹੋਏ ਮੈਂ ਇਹ ਗੱਲ ਕੰਨਾ ਕਿ ਹੁਣੇ ਜੇ ਮੰਨ ਲਓ ਮੁਲਾਜ਼ਮਾਂ ਦੀ ਸਟ੍ਰਾਈਕ ਆ ਤੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਵੀ ਉਹਨਾਂ ਦੇ ਬੱਚਿਆਂ ਦਾ ਸਿਹਤ ਦਾ ਉਹਨਾਂ ਦਾ ਸਿਹਤ ਦਾ ਧਿਆਨ ਰੱਖਦੇ ਹੋਏ ਕਿ ਇਹਨਾਂ ਨੂੰ ਇੱਕ ਜ਼ਿੰਮੇਵਾਰ ਐਮਐਲਏ ਹੋਣ ਦੇ ਨਾਤੇ ਕਿ ਇਹਨਾਂ ਨੂੰ ਕੋਈ ਉਪਰਾਲਾ ਨਹੀਂ ਕਰਨਾ ਚਾਹੀਦਾ ਵੀ ਇਹ ਜਿਹੜੀ ਸਟ੍ਰਾਈਕ ਆ ਉਹ ਖਤਮ ਕਰਾਈ ਜਾ ਸਕੇ ਜਾਂ ਜੇ ਨਹੀਂ ਹੋ ਰਹੀ ਸਟ੍ਰਾਈਕ ਖਤਮ ਪੰਜਾਬ ਲੈਵਲ ਤੇ ਆ ਤੇ ਕਮਸ ਕਮ ਕਪੂਰਥਲੇ ਵਿੱਚ ਆ ਗੰਦਗੀ ਦੇ ਟੇਰ ਤੁਈ ਦੇਖ ਰਹੇ ਆ ਇਹ ਕੋਟੂ ਚੌਂਕ ਹੈ ਇਦਾਂ ਦੇ ਸਾਰੇ ਕਪੂਰਥਲੇ ਚੌਂਕ ਆ ਜਿਨ੍ਹਾਂ ਚ ਕੂੜਾ ক্রিকেট ਖਿਲ ਰਿਹਾ ਪਰ ਕੁੰਮ ਕਰਨੀ نیند ਐਮਐਲਏ ਸਾਹਿਬ ਸੁੱਤੇ ਆ ਤੇ ਕੈਪਟਨ ਮਿੰਦਰ ਸਿੰਘ ਵੀ ਸੁੱਤੇ ਆ ਕਿਉਂਕਿ ਉਹਨਾਂ ਨੂੰ ਜਾਂ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਘਰਦਿਆਂ ਨੂੰ ਕੋਈ ਮਹਾਮਾਰੀ ਦਾ ਖਤਰਾ ਨਹੀਂ ਕਿਉਂਕਿ ਸਿਕਿਉਰਿਟੀ ਚਾਰ ਚਾਰ ਲਾਈਨਾਂ ਦੀ ਇਹਨਾਂ ਦੀਆਂ ਦਿਵਾਰਾਂ ਅੰਦਰ ਰਹਿਣਾ ਜਿਹੜੇ ਵਿਚਾਰੇ ਗਰੀਬ ਤਬਕਾ ਸਾਡੇ ਇੱਥੇ ਘੁੰਮਦੇ ਆ ਹਰ ਬੰਦਿਆ ਮਜ਼ਦੂਰੀ ਕਰ ਰਿਹਾ ਕੋਈ ਦੁਕਾਨ ਚਲਾ ਰਿਹਾ ਇਥੋਂ ਲੰਘਦੇ ਆ ਸਾਰੇ ਸ਼ਹਿਰ ਚੋਂ ਲੰਘਦੇ ਕੋਈ ਇੱਕ ਜਗ੍ਹਾ ਥੋੜਾ ਢੇਰ ਹੈ ਕੂੜੇ ਦੇ ਕੀ ਇਹਨਾਂ ਨੂੰ ਖਲਾਕੀ ਤੋਰ ਤੇ ਸੋਚਣਾ ਨਹੀਂ ਚਾਹੀਦਾ ਜਿਨ੍ਹਾਂ ਦੀਆਂ ਵੋਟਾਂ ਲਈਆਂ ਉਹਨਾਂ ਲਈ ਸਿੱਤ ਦਾ ਧਿਆਨ ਕਿੰਨੇ ਰੱਖਣਾ ਐਮਐਲਏ ਰੱਖਣਾ ਕਿਸੇ ਹੋਰ ਦੇ ਰੱਖਣਾ ਆਪਣੀ ਜ਼ਿੰਮੇਵਾਰੀ ਤੋਂ ਬੇਮੁਖ ਹੋ ਕੇ ਸਿਰਫ ਤੇ ਸਿਰਫ ਆਪਣੇ ਜਾਤੀ ਮਫਾਦ ਲਈ ਐਮਐਲਏ ਬਣੇ ਆਪਣੇ ਜਾਤੀ ਮਫਾਦ ਇਹਨਾਂ ਨੇ ਪੂਰੇ ਕਿਤੇ ਆ ਤੇ ਮੈਂ ਇਹ ਅਪੀਲ ਕਰਨੀ ਚਾਹੁੰਨਾ ਕੈਪਟਨ ਮਿੰਦਰ ਸਿੰਘ ਮੱਖ ਮੰਤਰੀ ਪੰਜਾਬ ਨੂੰ ਵੀ ਕਿ ਜਾਗ ਜਾਓ ਕੁਮਨ ਕਰਨੀ ਨੀਂਦ ਮਹੀਨੇ 6 ਰਹਿ ਗਏ ਆ ਤੇ ਸ਼ਾਇਦ ਹੋ ਸਕਦਾ ਤੁਹਾਨੂੰ ਦੁਨੀਆ ਮਾਫ ਨਹੀਂ ਕਰੂਗੀ ਜੋ ਹਾਲਾਤ ਤੁਸੀਂ ਪੈਦਾ ਕਰ ਦਿੱਤੇ ਆ ਸਾਡੇ ਗੁਰਪ੍ਰੀਤ ਸਿੰਘ ਚੀਮਾ ਜੀ ਜਿਹੜੇ ਸਰਕਲ ਸਾਡੇ ਦੇ ਪ੍ਰਧਾਨ ਨੇ ਸ਼ਹਿਰੀ ਦੇ ਯੂਥ ਤੇ ਉਹ ਵੀ ਇੱਥੇ ਆਏ ਨੇ ਸ਼ੋਕ ਜੀ ਆਏ ਨੇ ਤੇ ਰਾਜ ਜੀ ਲਵਲੀ ਜੀ ਆਹ ਦੀਪਕ ਸ਼ਰਮਾ ਜੀ ਇਹ ਸਾਰੇ ਜਿਹੜੇ ਸਾਰੇ ਸ਼ਹਿਰ ਦੇ ਸਾਡੇ ਮੌਜੂਦ ਇਕੱਠੇ ਹੋਏ ਨੇ ਅੱਜ ਇਹ ਦਿਖਾਉਣਾ ਚਾਹੁੰਦੇ ਆਂ ਵੀ ਬਹੁਤ ਹੀ ਹੁਨਾਰ ਸਾਡਾ ਅਵੀ ਰਾਜਪੂਤ ਜਿਹੜਾ ਜਿੰਨੇ ਵੀ ਪਬਲਿਕ ਦੇ ਮਸਲੇ ਆ ਆਮ ਪਬਲਿਕ ਦੇ ਦੁੱਖ ਦਰਦਾਂ ਉਹਨਾਂ ਨੂੰ ਹਰ ਜਵਲੇ ਚੱਕਦਾ ਤੇ ਅਸੀਂ ਸਾਡੀ ਸਮੂਚੀ ਸੀਨੀਅਰ ਲੀਡਰਸ਼ਿਪ ਇਹਦੀ ਪਿੱਛੇ ਆ ਕਿਉਂਕਿ ਇਹਨੇ ਹਰ ਉਹ ਦੁੱਖ ਤਕਲੀਫ ਲੋਕਾਂ ਦੇ ਸੁਣੇ ਜਾ ਕੇ ਤੇ ਉੱਥੇ ਆਵਾਜ਼ ਉਠਾਈ ਆ ਮੀਡੀਆ ਥਰੂ ਕਿ ਇਹ ਸਰਕਾਰ ਦੀਆਂ ਜੋ ਜ਼ਿੰਮੇਵਾਰੀਆਂ ਉਹਨਾਂ ਨੂੰ ਸਰਕਾਰ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਤੇ ਮੇਰੀ ਹੱਥ ਜੋੜ ਕੇ ਦੁਆਰਾ ਅਪੀਲ ਹੈ ਲੋਕਾਂ ਨੂੰ ਵੀ ਆਓ ਘਰੋਂ ਬਾਹਰ ਨਿਕਲੋ ਇਹ ਜਵਾਬ ਮੰਗੋ ਇਹ ਸਰਕਾਰ ਤੋਂ ਜਾਂ ਆਪਣੇ ਹਲਕੇ ਦੇ ਐਮਐਲਏ ਤੋਂ ਤੈਨੂੰ ਵੋਟਾਂ ਪਾ ਰਹੇ ਆ ਚਾਰ ਵਾਰੀ ਤੈਨੂੰ ਐਮਐਲਏ ਬਣਾ ਚੁੱਕੇ ਆ ਮੰਤਰੀ ਵੀ ਤੂੰ ਬਣ ਚੁੱਕਾ ਕਿ ਸਾਡੇ ਲੋਕਾਂ ਦਾ ਕੀ ਕਸੂਰ ਹੈ ਵੀ ਤੂੰ ਇਹ ਸਫਾਈ ਨਹੀਂ ਕਰਾ ਸਕਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जय श्री राम जय माता दी उद्धव काली दल लो लोग एमएलए दा ते पहुंची दा, दा, <laughs> दा, 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 दा पुतला क्यों किया कारण देखो जी कारण ते ਤੁਹਾਡੇ ਪ੍ਰੈਸ ਦੇ ਧਿਆਨ ਚਾਹੀ ਲਿਆਣਾ ਚਾਹੁੰਦੇ ਆ ਅੱਜ ਜਿਹੜਾ ਕਿ ਕੈਪਟਨ ਬਲਿੰਦਰ ਸਿੰਘ ਦਾ ਰਾਣਾ ਗੁਰਜੀਤ ਸਿੰਘ ਦਾ ਜਿਹੜਾ ਕੋਟੂ ਚ ਹੁੰਦੇ ਵੇ ਜਿਹੜਾ ਪੁਤਲਾ ਸਾੜਿਆ ਗਿਆ ਵਾ ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਆ ਰੀਜ਼ਨ ਵੈਸੇ ਤੇ ਕਾਫੀ ਆਪਣੇ 4.5 ਸਾਲ ਤੋਂ ਸਰਕਾਰ ਆ ਕਾਂਗਰਸ ਦੀ ਬਹੁਤ سارے ਰੀਜ਼ਨ ਆ ਬਹੁਤ سارے ਲਾਰੇ ਵੀ ਨਾ ਲਾਏ ਸੀ ਪਰ ਜਿਹੜਾ ਮੇਨ ਅਜ ਰੀਜ਼ਨ ਉਹ ਜਿਹੜੇ ਆਪਣੇ EMPLOYEES ਆ ਕਾਰਪੋਰੇਸ਼ਨ ਦੇ ਉਹ ਜਿਹੜੇ ਪਿਛਲੇ तकरीबन 19 ਤੋਂ 20 ਦਿਨ ਹੋ ਚੁਕੇ ਆਪਣੀ ਮੰਗਾਂ ਲੈ ਕੇ ਧਰਨੇ ਤੇ ਬੈਠੇ ਆ ਜਾਇਜ਼ ਮੰਗਾਂ ਜਿਹੜੀਆਂ ਕਿ ਕਾਂਗਰਸ ਸਰਕਾਰ ਨੇ ਸਰਕਾਰ ਬਣਨ ਤੋਂ ਪਹਿਲੋ ਪ੍ਰੋਮਿਸਸਿਸ ਕੀਤੇ ਸੀ ਕਿ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਊਗਾ ਠੇਕਾਦਾਰੀ ਸਿਸਟਮ ਇਹਦਾ ਖਤਮ ਕੀਤਾ ਜਾਊਗਾ ਤੇ ਜਿਹੜੇ ਮੁਲਾਜ਼ਮ ਆ ਉਹਨਾਂ ਜੋ ਪੱਤੇ ਆ ਜੋ ਪਹਿਲਾਂ ਸਰਕਾਰ ਵੱਲੋਂ ਪੈਨਸ਼ਨ ਕਿੰਨ ਦਿੱਤੇ ਜਾਣੀਆਂ ਉਹ ਇੰਪਲੀਮੈਂਟ ਕੀਤੀਆਂ ਜਾਣੀਆਂ ਪਰ 4.5 ਸਾਲ ਬੀਤ ਜਾਣ ਦੇ ਬਾਅਦ ਵੀ ਜਿੱਦਾਂ ਦੇ ਬਾਕੀ ਲਾਰੇ ਜਿਹੜੇ ਲਾਏ ਗਏਗੇ ਬੇਰੋਜ਼ਗਾਰੀ ਪਤਾ ਕਰ ਕਰ ਨੌਕਰੀ ਪੈਨਸ਼ਨ ਸਕੀਮ ਦੇ ਵਾਅਦਾ ਨੀਲੇ ਕਾਡਾਂ ਦੇ ਵਿੱਚ ਕਿਉਂ ਖੰਡ ਪੱਤੀ ਜਿਹੜੀ ਐਡ ਕਰਨੀ ਸਾਰੇ ਜਿੰਨੇ ਜਿਹੜੇ ਵਾਅਦੇ ਆ ਕੈਪਟਨ ਸਰਕਾਰ ਵੱਲੋਂ ਸਰਕਾਰ ਲੈਣ ਲਈ ਕਿਤੇ ਸਾਰੇ ਝੂਠੇ ਸਾਬਤ ਹੋਏ ਉਹਨਾਂ ਵਿੱਚ ਇੱਕ ਇਹ ਵਾਅਦਾ ਹੈਗਾ ਆ ਜਿਹੜੇ ਜਿਹੜੇ ਕਾਰਪੋਰੇਸ਼ਨ ਦੇ ਜਿਹੜੇ EMPLOYEES ਆ ਉਹ ਧੰਨਿਆਂ ਤੇ ਬੈਠੇ ਆ ਇੱਕ ਵਾਰੀ ਵੀ ਕਿਸੇ ਨੁਮਾਇंदे ਨੇ ਸਰਕਾਰ ਦੇ ਉਹਨਾਂ ਦਾ ਹਾਲ ਨਹੀਂ ਪੁੱਛਿਆ ਜਾ ਕੇ ਕਿ ਤੁਹਾਡੀਆਂ ਕੀ ਪਰੇਸ਼ਾਨੀਆਂ ਆ ਵਾ ਅੱਜ ਸ਼ਹਿਰ ਦਾ ਹਾਲਾਤ ਜੋ ਕਿ ਕਪੂਦਲੇ ਨੂੰ ਪੈਰਿਸ ਕਿਹਾ ਜਾਣ ਲਈ ਰਾਣਾ ਹੀ ਨੇ ਕਿਹਾ ਕਿ ਮੈਂ ਪੈਰਿਸ ਬਣਾ ਦੂ ਕਬੂਦਲਾ ਅੱਜ ਜਿਹੜਾ ਪੈਰਿਸ ਦਾ ਆਪਾਂ ਹਾਲ ਦੇਖ ਰਹੇ ਹਾਂ ਹਰ ਚੌਂਗ ਦੇ ਵਿੱਚ ਹਰ ਮੱਲੇ ਦੇ ਵਿੱਚ ਕੂੜਾ ਨੱਕੋਂ ਨੱਕ ਭਰਿਆ ਪਿਆ ਪਹਿਰਾ ਤੱਕ ਜਿਹੜਾ ਲੋਕਾਂ ਨੇ ਕੂੜਾ ਜਿਹੜਾ ਭਰ ਚੁੱਕਿਆ ਮੁਸ਼ਕਲ ਆ ਰਹੀਆਂ ਲੋਕਾਂ ਨੂੰ ਜਿਹੜਾ ਕੋਵਿਡ ਦੇ ਵਿੱਚ ਬਿਮਾਰੀਆਂ ਹੋਰ ਫੈਲਣ ਦਾ ਡਰ ਵਾ ਉਹਦੇ ਮੱਦੇਨਜ਼ਰ ਅੱਜ ਯੂਥ ਗੱਲਦਲ ਹੋਣਾ ਵਾ ਪੁੱਤਲਾ ਸਾੜਿਆ ਗਿਆ ਜਿਸ ਵਿੱਚ ਮੇਰੀ ਸਮੁੱਚੀ ਟੀਮ ਨੇ ਸ਼ਮੂਲੀਅਤ ਕੀਤੀ ਆ ਜਿਸ ਵਿੱਚ ਅਸ਼ੋਕ ਜੀ ਅਨਿਲ ਜੀ ਦੀਪਕ ਵੀ ਸੈਂਡੀ ਸੁਮਿਤ ਨਾਲ ਦੇ ਨਾਲ ਬਾਕੀ ਜਿਹੜੀ ਮੇਰੀ ਸਾਰੀ ਟੀਮ ਆ ਉਹ ਵੀ ਮੇਰੇ ਨਾਲ ਤੇ ਪਹੁੰਚੀ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈ ਸਕਿਆ ਤੇ ਸਾਡੇ ਖਾਸ ਤੌਰ ਤੇ ਜ਼ਿਲ੍ਹੇ ਦੇ ਸੀਨੀਅਰ ਵਾਈਸ ਪ੍ਰਧਾਨ ਅਜੇ ਬਬਲਾ ਜੀ ਉਹ ਇੱਥੇ ਪਹੁੰਚੇ ਨੇ ਸਾਡੇ ਕਾਉਂਸਲਰ ਅਸ਼ੋਕ ਭਗਤ ਜੀ ਉਹ ਇੱਥੇ ਮੁਖਤੂਬ ਦੇ ਪਹੁੰਚੇ ਨੇ ਦੀਪਕ ਗੁਪਤਾ ਜੀ ਉਹ ਪਹੁੰਚੇ ਨੇ ਦਿਨੇਸ਼ ਜੀ ਪਹੁੰਚੇ ਨੇ ਸਾਡੇ ਫਰਕਾ ਫਗਵਾੜੇ ਤੋਂ ਸਰਕਲ ਦੇ ਨੇ ਯੂਨ ਦੇ ਪ੍ਰਧਾਨ ਅਮਰ ਬਸਰਾ ਉਹ ਵੀ ਇੱਥੇ ਪਹੁੰਚੇ ਨੇ ਤੇ ਬਾਕੀ ਜਿਹੜੀ ਯੂਨ ਦੀ ਟੀਮ ਪਹੁੰਚੀ ਸਾਰਿਆਂ ਦਾ ਇੱਥੇ ਮੈਂ ਤੇ ਤੁਹਾਨੂੰ ਧੰਨਵਾਦ ਕਰਦਾ ਤੇ ਮੈਂ ਇੱਕ ਗੱਲ ਸਾਰਿਆਂ ਨੂੰ ਕਹਾਂ ਜਾਂਦਾ ਕਿ ਇਹ ਸਮਾਂ ਵਾ ਇਕੱਠੇ ਹੋਣ ਦਾ ਕਾਂਗਰਸ ਸਰਕਾਰ ਦੇ ਖਿਲਾਫ ਜੰਗ ਲੜਨ ਦਾ ਨਹੀਂ ਤਾਂ ਲੋਕਾਂ ਜਿਹੜਾ ਹਾਲ ਵਾ ਅੱਗੇ ਹੋਰ ਬਦਹਾਲ ਹੋ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਕਪੂਥਲਾ ਤੋਂ ਪੰਜਾਬ 9 ਲਈ ਨਰੇਸ਼ ਖੋਸਲਾ ਦੀ ਰਿਪੋਰਟ